ਚਾਈ ਚਾਈ ਵੀਰਾਂ ਨੂੰ ਰੱਖੜੀ ਬੰਨਣ ਗਈ ਸੀ ਭੈਣ, ਫਿਰ ਜੋ ਹੋਇਆ ਉਹ ਕਿਸੇ ਨੇ ਸੋਚਿਆ ਨਹੀਂ ਹੋਣਾ। ਪਿੱਛੋਂ ਰੋਂਦੇ ਰਹਿ ਗਏ ਪਰਿਵਾਰਕ ਮੈਂਬਰ। ਰੱਖੜੀ ਦੇ ਤਿਉਹਾਰ ਮੌਕੇ ਇੱਕ ਭੈਣ ਆਪਣੇ ਵੀਰਾਂ ਨੂੰ ਰੱਖੜੀ ਬੰਨਣ ਗਈ ਅਤੇ ਵਾਪਸ ਆਉਂਦਿਆਂ ਉਸਦੇ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸਦੇ ਵਿੱਚ ਉਸ ਭੈਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਦੇ ਕਿ ਮ੍ਰਿਤਕਾਂ ਦੀ ਪਹਿਚਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ, ਜਿਸ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਸੀ ਅਤੇ ਉਹ ਆਪਣੇ ਭਰਾਵਾਂ ਨੂੰ ਰੱਖੜੀ ਬੰਨਣ ਦੇ ਲਈ ਗਈ ਸੀ ਅਤੇ ਸ਼ਾਹਕੋਟ ਦੀ ਰਹਿਣ ਵਾਲੀ ਸੀ ਅਤੇ ਰਸਤੇ ਦੇ ਵਿੱਚ ਜਦੋਂ ਵਾਪਸ ਜਾ ਰਹੀ ਸੀ ਤਾਂ ਪਿੱਛੋਂ ਆਉਂਦੀ ਕਾਰ ਦੇ ਨਾਲ ਉਸਦੀ ਟੱਕਰ ਹੋ ਗਈ ਅਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਜਿਸਦੇ ਵਿੱਚ ਔਰਤ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ ਅਤੇ ਘਟਨਾ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ, ਜਿਸਦੇ ਵਿੱਚ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਿੰਨੀ ਖਸਤਾ ਹਾਲਤ ਹੋਈ ਹੈ ਸਾਧਨਾ ਦੀ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਵੇਗਾ, ਜਿਸਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ, ਇੱਕ ਔਰਤ ਨੇ ਇੱਕ ਭੈਣ ਨੇ ਦਮ ਤੋੜ ਦਿੱਤਾ ਹੈ। ਇਸ ਮੌਕੇ ਪਰਿਵਾਰਕ ਮੈਂਬਰ ਰੋ ਰੋ ਕੇ ਬੇਹਾਲ ਨੇ। ਪਰਿਵਾਰਕ ਮੈਂਬਰਾਂ ਦਾ ਰੋਣਾ ਨਹੀਂ ਵੇਖਿਆ ਜਾਂਦਾ ਕਿਉਂਕਿ ਤਿਉਹਾਰ ਤੋਂ ਪਹਿਲਾਂ ਅਜਿਹਾ ਭਾਣਾ ਵਾਪਰ ਜਾਣਾ ਕਿਸੇ ਵੀ ਪਰਿਵਾਰ ਦੇ ਲਈ ਬਹੁਤ ਔਖਾ ਹੁੰਦਾ ਹੈ। ਤਾਂ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ ਨੇ ਅਤੇ ਉੱਧਰ ਪੁਲਿਸ ਵਾਲਿਆਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਨਾਮ ਆਪਣਾ? ਗੁਰਜੀਤ ਸਿੰਘ। ਸਰ, ਕਿੱਥੇ ਦੇ ਰਹਿਣ ਵਾਲੇ ਤੁਸੀਂ? ਸ਼ਾਹਕੋਟ ਤੋਂ। ਸਰ, ਜਿਹੜਾ ਐਕਸੀਡੈਂਟ ਹੋਇਆ ਇੱਥੇ, ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਮਿਲੀ ਹੈ? ਇਹ ਮੇਰੇ ਮਾਮੀ ਜੀ ਸੀਗੇ ਇੱਥੇ ਲਾਗੇ ਪਿੰਡ ਦਾ ਮੁੱਦਾ ਪੈਂਦਾ, ਰੱਖੜੀਆਂ ਬੰਨਣ ਆਏ ਸੀਗੇ ਅਤੇ ਸਾਨੂੰ ਫੋਨ ਆਇਆ ਸੀਗਾ ਕਿ ਡੈਥ ਹੋ ਗਈ ਆ, ਉਹਨਾਂ ਦੀ ਸੱਟ ਲੱਗੀ ਆ, ਅਸੀਂ ਨਾਲ ਹੀ ਇੱਥੇ ਪਹੁੰਚ ਗਏ ਰਾਤ ਦਾ। ਕਿੰਨੀ ਕੁ ਉਮਰ ਸੀਗੀ ਇਹਨਾਂ ਦੀ? ਇਹਨਾਂ ਦੀ 50-55 ਸਾਲ। ਕਿੱਥੇ ਦੇ ਰਹਿਣ ਵਾਲੇ ਆ? ਇਹ ਕੋਟਲੀ ਕੰਪੋਜ ਪਿੰਡ ਆ, ਲੋਹੀਆਂ ਲਾਗੇ। ਹਾਂਜੀ ਸਰ, ਕੀ ਮਾਮਲਾ ਜਿਹੜਾ ਇੱਥੇ ਹੋਇਆ ਮੁੱਦਾ ਦੇ ਲਾਗੇ? ਇਹ ਜੀ, ਇੱਕ ਲੇਡੀ ਸੀ ਐਕਟਵਾ 'ਤੇ ਆ ਰਹੀ ਸੀ, ਉਹਨਾਂ ਨੇ ਜਾਣਾ ਸੀ ਵਾਪਸ, ਇੱਥੋਂ ਕੱਟ ਹੈ ਕਿ ਕੱਟ ਤੋਂ ਮੁੜ ਕੇ ਜਾਣਾ ਸੀ ਪਿੱਛੇ, ਪਿੱਛੋਂ ਇੱਕ ਗੱਡੀ ਆ ਰਹੀ ਸੀ, ਉਹਨਾਂ ਨੇ ਜਲੰਧਰ ਜਾਣਾ ਸੀ, ਉਹਦੇ ਵਿੱਚ ਆਪਸੀ ਐਕਸੀਡੈਂਟ ਹੋ ਗਿਆ ਇਹਨਾਂ ਦਾ। ਲੇਡੀਜ਼ ਜਿਹੜੀ ਆ ਮੌਕੇ 'ਤੇ ਡੈਥ ਹੋ ਗਈ ਹੈ, ਉਹਨੂੰ ਸਿਵਲ ਹੋਸਪਿਟਲ ਪਹੁੰਚਾ ਦਿੱਤਾ ਸੀ। ਸਰ, ਕਿੱਥੇ ਦੇ ਰਹਿਣ ਵਾਲੇ ਆ ਲੇਡੀਜ਼? ਇਹ ਲੇਡੀਜ਼ ਸ਼ਾਹਕੋਟ ਦੇ ਜੀ ਰਹਿਣ ਵਾਲੇ। ਤਾਂ ਸਰ, ਜਿਹੜੇ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ, ਗੱਡੀ ਵਾਲਿਆਂ ਨੇ ਅਰੈਸਟ ਵਗੈਰਾ ਕੀਤੀ ਹੈ ਜਾਂ ਨਹੀਂ? ਇਹ ਫਿਲਹਾਲ ਤੋਂ ਲੈ ਕੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਜਲੰਧਰ ਤੋਂ ਸੰਦੀਪ ਕੌਲ ਦੀ ਰਿਪੋਰਟ।